ਪੰਜਾਬ ਦੇ ਵਿੱਚ ਪਹਿਲਾ ਇੰਸਟੀਟਿਊਟ ਆਫ ਲੀਵਰ ਐਂਡ ਬਿਲਰੀ ਸਾਇੰਸ ਖੁੱਲ੍ਹ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਅੱਜ ਮੋਹਾਲੀ ਵਿਖੇ ਉਦਘਾਟਨ ਕੀਤਾ ਅਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਹਾਈਲੀ ਇਕੁਇਪਡ ਜਿਹੜਾ ਹੈਗਾ ਇਹ ਲੀਵਰ ਅਤੇ ਬਿਲਰੀ ਸਾਇੰਸ ਜਿਹੜਾ ਇੰਸਟੀਟਿਊਟ ਖੋਲ੍ਹਿਆ ਗਿਆ ਹੈਗਾ, ਆਮ ਲੋਕਾਂ ਨੂੰ ਕਿਸ ਤਰੀਕੇ ਦੀ ਰਾਹਤ ਜਿਹੜੀ ਹੈਗੀ ਹੈ ਦੇਣ ਜਾ ਰਹੇ? ਦੇਖੋ, ਜਿਹੜੀਆਂ ਆਪਣੇ ਪਿੱਤੇ ਦੀਆਂ ਲਿਵਰ ਦੀਆਂ ਬਿਮਾਰੀਆਂ ਹੈਗੀਆਂ ਜੀ, ਉਹਦੇ ਵਾਸਤੇ ਇਹਦੇ ਵਿੱਚ ਜਿਹੜੀ ਲੇਟੈਸਟ ਇਕੁਪਮੈਂਟ ਹੈ, ਲੇਟੈਸਟ ਜਿਹੜਾ ਤੁਸੀਂ ਕਹਿ ਲਓ ਵੀ ਹਾਈ ਐਂਡ ਜਿਹਨੂੰ ਅਸੀਂ ਕਹਿੰਦੇ ਹਾਂ ਸੁਪਰ ਸਪੈਸ਼ਲਟੀ ਹੋਸਪਿਟਲ ਹੈ ਲਿਵਰ ਦਾ, ਜਿਹਦੇ ਵਿੱਚ ਜਿਹੜੀਆਂ ਮਸ਼ੀਨਾਂ ਹੈ ਜਿਹੜੀਆਂ ਇਸ ਹਸਪਤਾਲ 'ਚ ਅਵੇਲੇਬਲ ਹੈ, ਉਹ ਈਵਨ ਕਾਰਪੋਰੇਟ ਹੋਸਪਿਟਲ ਜਾਂ PGI ਤੋਂ ਵੀ ਲੇਟੈਸਟ ਇਕੁਪਮੈਂਟ ਹੈ ਇਹਨਾਂ ਕੋਲ। ਔਰ ਬਹੁਤ ਹੀ ਜਿਹੜਾ ਹੈਗਾ ਇਹਨੂੰ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ AI ਇਨੇਬਲਡ ਹੈ, ਇਹ ਐਗਜੈਕਟ ਤੁਹਾਨੂੰ ਦੱਸੇਗਾ, ਡਾਇਗਨੋਸ ਵੀ ਹੋਏਗਾ ਉਹਦੇ, ਕਿਸੇ ਦੇ ਸਪੋਜ਼ ਕਿਸੇ ਦੇ ਅੰਦਰ ਬਲੀਡਿੰਗ ਹੋ ਰਹੀ ਹੈ ਸਟਮਕ ਦੇ ਵਿੱਚ ਜਾਂ ਕਿਤੇ ਅੰਦਰ ਬਲੀਡਿੰਗ ਵੇਰੀਸਿਸ ਕਰਕੇ, ਉਹਦਾ ਡਾਇਗਨੋਸ ਵੀ ਕਰੇਗਾ, ਉਹਦਾ ਟ੍ਰੀਟਮੈਂਟ ਵੀ ਔਨ ਦਾ ਸਪੋਟ ਕਰ ਦੇਗਾ ਕਿ ਕੋਟਰੀ ਕਰ ਦੇਗਾ, ਬਲੀਡਿੰਗ ਬੰਦ ਹੋ ਜਾਏਗੀ, ਜਾਂ ਕੋਈ ਕਿਸੇ ਨੂੰ ਕੈਂਸਰ ਸਸਪੈਕਟ ਕਰਦੇ ਆ ਇਹ ਦੱਸੇਗਾ ਵੀ ਸੱਜੇ ਪਾਸਿਓਂ ਲੈਣਾ, ਸੈਂਟਰ 'ਚੋਂ ਲੈਣਾ, ਖੱਬਿਓ ਪਾਸੇ ਲੈਣਾ, ਵੀ ਕਿਹੜੀ ਜਗ੍ਹਾ 'ਤੇ ਬਿਮਾਰੀ ਜ਼ਿਆਦਾ ਹੈਗੀ ਹੈ, ਜਿੱਥੋਂ ਪ੍ਰੋਬੇਬਿਲਿਟੀ ਜਿਹੜੀ ਹੈਗੀ ਆ ਬਾਇਓਪਸੀ ਲੈਣ ਦੇ ਵਿੱਚ। ਸਰਜੀਕਲ ਪ੍ਰੋਸੀਜਰ ਇਹਦੀ ਮੈਕਸੀਮਮ ਹੈ, ਸੋ ਦਿਸ ਇਜ਼ ਦਾ ਲੇਟੈਸਟ ਇਕੁਪਮੈਂਟ ਇਨ ਇੰਡੀਆ, ਜਿਹੜੀ ਦੁਨੀਆ ਦੀ ਇੱਕ ਬੈਸਟ ਜਿਹੜੀ ਮਸ਼ੀਨ ਹੈ ਇਹ ਹੈਗੀ ਆ, ਵਨ ਆਫ ਦਾ ਬੈਸਟ ਇਨ ਦਾ ਵਰਲਡ। ਸੋ ਇਹ ਵਾਲੀ ਜਿਹੜੀ ਹੈਗੀ ਹੈ ਇਹ ਸਰਕਾਰੀ ਹਸਪਤਾਲ ਵਿੱਚ ਇਹੋ ਜਿਹੀ ਸੁਵਿਧਾ ਅਵੇਲੇਬਲ ਹੋਵੇ ਇਹ ਪਹਿਲੀ ਵਾਰੀ ਹੋਇਆ ਜੀ। ਮਾਨ ਸਾਹਿਬ ਦਾ ਕਰਾਮਾਤ ਹੈ, ਉਹਨਾਂ ਦਾ ਬੜਾ ਡ੍ਰੀਮ ਪ੍ਰੋਜੈਕਟ ਸੀ, 2022 ਤੋਂ ਲੱਗੇ ਹੋਏ ਸੀ ਅਸੀਂ, ਅੱਜ ਇਹ ਆਪਣੇ ਲੌਜੀਕਲ ਐਂਡ 'ਤੇ ਪਹੁੰਚਿਆ, ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਲਿਵਰ ਟ੍ਰਾਂਸਪਲਾਂਟ ਵੀ ਹੋਣਗੇ ਜੀ। ਅਮੂਮਨ ਪਹਿਲਾਂ ਲੀਵਰ ਟ੍ਰਾਂਸਪਲਾਂਟ ਨੂੰ ਲੈ ਕੇ ਜਾਂ ਏਅਰਲਿਫਟ ਜਾਂ ਵੱਡੇ ਹੋਸਪਿਟਲਾਂ ਦੇ ਵਿੱਚ ਜਾਂ ਦੂਜੀ ਸਟੇਟਾਂ 'ਚ ਜਾਣਾ ਪੈਂਦਾ ਸੀ, ਚੇਨਈ ਹੋਵੇ ਜਾਂ ਦਿੱਲੀ ਬਾਹਰ ਜਾਣਾ ਪੈਂਦਾ ਸੀ, ਦੂਜੇ ਕੰਟਰੀ 'ਚ ਜਾਣਾ ਪੈਂਦਾ ਸੀਗਾ, ਹੁਣ ਸਾਰਾ ਇਲਾਜ ਇੱਥੇ ਹੋਏਗਾ ਜੀ, ਔਰ ਲੇਟੈਸਟ ਹੋਏਗਾ, ਕਿਸੇ ਨਾਲੋਂ ਵੀ ਘੱਟ ਨਹੀਂ ਹੋਏਗਾ, ਜਿਹੜਾ ਦੁਨੀਆ ਦਾ ਬੈਸਟ ਇਲਾਜ ਹੈ ਉਹ ਮੋਹਾਲੀ ਵਿੱਚ ਹੋਏਗਾ, ਇੱਥੇ ਆਇਆ ਕਰਨਗੇ ਲੋਕ ਹੁਣ ਬਾਹਰੋਂ। ਇਸੇ ਤਰ੍ਹਾਂ ਅਸੀਂ ਕੈਂਸਰ ਦੇ ਵਿੱਚ ਕੀਤਾ ਸੀਗਾ, ਹੁਣ ਪੰਜਾਬ ਦੇ ਲੋਕ ਬਾਹਰ ਨਹੀਂ ਜਾਂਦੇ, ਬਾਹਰਲੇ ਲੋਕ ਪੰਜਾਬ 'ਚ ਆਉਂਦੇ ਆ, ਇਹ ਸਾਡਾ ਦੂਜਾ ਹੈਗਾ, ਇਹ ਮਾਨ ਸਾਹਿਬ ਨੂੰ ਕ੍ਰੈਡਿਟ ਜਾਂਦਾ ਇਹਦਾ ਸਾਰਾ, ਪ੍ਰਾਇਮਰੀ ਕੇਅਰ ਤੋਂ ਲੈ ਕੇ ਮੱਲਾ ਕਲੀਨਿਕ ਤੋਂ ਲੈ ਕੇ ਜਿਹਦੇ 'ਚ 1 ਕਰੋੜ ਤੋਂ ਵੱਧ ਲੋਕ ਇਲਾਜ ਕਰਾ ਚੁੱਕੇ ਆ, ਸੈਕੰਡਰੀ ਕੇਅਰ ਦੇ ਉੱਤੇ ਅੱਜ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਜਿਹੜੀ ਦਵਾਈ ਆ ਤੁਹਾਨੂੰ ਫ੍ਰੀ ਮਿਲਦੀ ਆ, ਜੇ ਦਵਾਈ ਖਰੀਦਣੀ ਆ ਤਾਂ ਹਸਪਤਾਲ ਖਰੀਦ ਕੇ ਦਿੰਦਾ, ਪੇਸ਼ੈਂਟ ਨੂੰ ਬਾਹਰ ਨਹੀਂ ਭੇਜਦੇ, ਇਹ ਬਹੁਤ ਵੱਡੀ ਗੱਲ ਹੋਈ ਆ, ਬਹੁਤ ਅੱਛੇ ਜਿਹੜੇ ਤੁਸੀਂ ਕਹਿ ਲਓ ਸਿਹਤ ਕ੍ਰਾਂਤੀ ਜਿਹਨੂੰ ਆਪਾਂ ਕਹਿੰਦੇ ਹਾਂ, ਐਕਚੁਅਲ ਕ੍ਰਾਂਤੀ ਹੋ ਰਹੀ ਹੈ। ਵਧੀਆ ਇਨਫਰਾਸਟ੍ਰਕਚਰ ਤਾਂ ਦੇ ਦਿੱਤਾ, ਪਰ ਰੂਪ ਰੇਖਾ ਕਿਸ ਤਰੀਕੇ ਦੀ ਰਹੇਗੀ, ਕੋਈ ਫੀਸ ਚਾਰਜਸ ਹੋਣਗੇ ਜਾਂ ਮੈਡੀਸਿਨ ਜਿਹੜੀ ਹੈਗੀ ਉਹ ਕਿਸ ਤਰੀਕੇ ਨਾਲ ਦਿੱਤੀ ਜਾਏਗੀ, ਉਹ ਰੂਪ ਰੇਖਾ ਕੀ? ਦੇਖੋ, ਜਿਹੜੇ ਤਾਂ ਤੁਹਾਡੇ ਗਰੀਬ ਬੰਦੇ ਆ, ਜਿਹਨਾਂ ਕੋਲ ਬਲੂ ਕਾਰਡ ਹੈ, ਪੱਤਰਕਾਰ ਹੋ ਗਏ, ਦੁਕਾਨਦਾਰ, ਛੋਟੇ ਬਿਜ਼ਨਸਮੈਨ ਹੋ ਗਏ, ਜਿਹੜੇ ਜੇ ਫਾਰਮ ਵਾਲੇ ਕਿਸਾਨ ਹੋ ਗਏ, ਜਿਹੜੇ ਤੁਹਾਡੇ ਜਿਹਨਾਂ ਨੇ ਸੁਤੰਤਰਤਾ ਸੈਨਾਨੀ ਹੋ ਗਏ, ਇਹ ਸਾਰੀਆਂ ਕੈਟਾਗਰੀ ਵਾਸਤੇ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈਗੀ ਉਹਦੇ 'ਚ ਬਿਲਕੁਲ ਫ੍ਰੀ ਹੋਏਗਾ ਉਹਨਾਂ ਦਾ। ਜਿਹੜੇ ਅਫੋਰਡ ਕਰ ਸਕਦੇ ਆ ਉਹਨਾਂ ਦਾ ਨੋਮੀਨਲ ਤੁਸੀਂ ਕਹਿ ਲਓ ਕਿ 20-25%, ਜੇ ਕਾਰਪੋਰੇਟ ਹੋਸਪਿਟਲ 'ਚ ਜਿਹੜਾ ਫਾਈਬਰੋਸਕੈਨ 8-10 ਹਜ਼ਾਰ 'ਚ ਹੁੰਦਾ, ਅਸੀਂ 2 ਹਜ਼ਾਰ 'ਚ ਕਰਾਂਗੇ। ਯੂਜ਼ਰ ਚਾਰਜਸ ਹੋਣਗੇ ਥੋੜ੍ਹੇ ਜਿਹੇ, ਉਹ ਮਨੀ ਇਸ ਇੰਸਟੀਚਿਊਟ ਨੂੰ ਜਾਏਗੀ, ਕਿਉਂਕਿ ਜਿਹੜੀ ਆਪਾਂ ਇੰਸਟੀਚਿਊਟ ਬਣਾ ਲੈਂਦੇ ਹਾਂ ਅਸੀਂ ਦੁਨੀਆ ਦੀ ਬੈਸਟ ਇਕੁਪਮੈਂਟ ਲਾ ਦਿੱਤੀ, ਇਹਦੀ ਮੇਨਟੇਨੈਂਸ ਵੀ ਕਰਨੀ ਆ। ਸੋ ਥੋੜ੍ਹੇ ਜਿਹੇ ਨੋਮੀਨਲ ਯੂਜ਼ਰ ਚਾਰਜਸ, ਜਿਹੜੇ ਪੰਜਾਬ ਤੋਂ ਬਾਹਰੋਂ ਆਉਣਗੇ ਲੋਕ, ਕੋਈ NRI ਵੀ ਆ ਸਕਦੇ ਆ ਪੰਜਾਬ ਤੋਂ ਬਾਹਰੋਂ ਆਉਣਗੇ, ਜਾਂ ਜਿਹੜੇ ਵੈਲ ਟੂ ਡੂ ਹੈਗੇ ਆ ਉਹਨਾਂ ਨੂੰ ਅਸੀਂ ਵਧੀਆ ਟ੍ਰੀਟਮੈਂਟ ਦੇਵਾਂਗੇ, ਬਟ ਥੋੜ੍ਹੇ ਜਿਹੇ ਯੂਜ਼ਰ ਚਾਰਜਸ ਉਹਨਾਂ ਵਾਸਤੇ ਹੋਣਗੇ ਜੀ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਇਹ ਇੰਸਟੀਟਿਊਟ ਖੁੱਲ੍ਹਿਆ ਹੈਗਾ ਤਾਂ ਅੰਕੜਿਆਂ ਦੀ ਜੇਕਰ ਗੱਲ ਕਰੀਏ, ਪੰਜਾਬ 'ਚ ਲੀਵਰ ਦੇ ਜਾਂ ਉਸ ਤੋਂ ਹੋਣ ਵਾਲੀਆਂ ਸਮੱਸਿਆਵਾਂ ਜਾਂ ਬਿਮਾਰੀਆਂ ਨੇ, ਉਹ ਅੰਕੜਾ ਕੀ ਹੈਗਾ ਜੇ ਜਿਸ ਕਾਰਨ ਕਰਕੇ ਇਹ ਆਪਾਂ ਨੂੰ ਇੰਸਟੀਚਿਊਟ? ਉਹ ਅੰਕੜਾ ਵੀ ਤੁਹਾਨੂੰ ਇਹ ਇੰਸਟੀਚਿਊਟ ਦੇਗੀ ਜਦੋਂ ਇੱਥੇ ਪੇਸ਼ੈਂਟਸ ਆਉਣਗੇ, ਤੁਹਾਨੂੰ ਅਸੀਂ ਲਗਾਤਾਰ ਹਰ ਮਹੀਨੇ ਦੱਸਾਂਗੇ ਕਿੰਨੇ ਪੇਸ਼ੈਂਟ ਆਏ, ਕਿਹੜੀ ਬਿਮਾਰੀ ਸੀ, ਕੀ ਕਾਰਨ ਸੀ, ਕਿੰਨੇ ਠੀਕ ਹੋਏ, ਇੰਟਰਵੈਂਸ਼ਨ ਕੀ ਹੋਈ, ਔਰ ਅਸੀਂ ਜਿਹੜੇ ਫੀਲਡ ਦੇ ਕਿੰਨੇ ਡਾਕਟਰਾਂ ਨੂੰ ਅਸੀਂ ਟ੍ਰੇਨ ਕੀਤਾ, ਉਹਨਾਂ ਨੇ ਕਿੰਨੇ ਸਾਡੇ ਕੋਲ ਪੇਸ਼ੈਂਟ ਰਾਈਟ ਟਾਈਮ 'ਤੇ ਜਦੋਂ ਉਹਨਾਂ ਨੂੰ ਲੋਡ ਸੀ ਉਸ ਵੇਲੇ ਭੇਜਿਆ ਉਹਨਾਂ ਨੇ, ਤਾਂ ਕਿ ਜਿਹੜੀ ਡਿਜ਼ੀਜ਼ ਹੈ, ਜਿਵੇਂ ਸਾਡੇ ਕੋਲ ਪੇਸ਼ੈਂਟ ਹੁਣ ਕੀ ਹੋ ਰਿਹਾ ਵੀ ਜਦੋਂ ਲਿਵਰ ਫੇਲਰ ਹੋ ਗਿਆ ਤਾਂ ਆ ਰਹੇ ਆ,
ਔਰ ਉਹਦਾ ਲਿਵਰ ਟਰਾਂਸਪਲਾਂਟ ਬਹੁਤ ਮਹਿੰਗਾ, ਲੋਕ ਕਰਜ਼ਾਈ ਹੋ ਜਾਂਦੇ ਆ, ਘਰ ਵਿਕ ਜਾਂਦਾ, ਜਾਂ ਜਦੋਂ ਗੁਰਦੇ ਫੇਲ ਹੋ ਗਏ ਤਾਂ ਆਉਂਦੇ ਆ, ਉਹਦਾ ਇਲਾਜ ਵੀ ਬਹੁਤ ਫਾਇਦਾ, ਫਿਰ ਸਾਰਾ ਟੱਬਰ ਉਸੇ ਕੰਮ 'ਚ ਲੱਗਿਆ ਰਹਿੰਦਾ ਜੀ, ਸਾਰਾ ਟੱਬਰ ਬਰਬਾਦ ਹੋ ਜਾਂਦੀਆਂ, ਫੈਮਿਲੀਜ਼ ਆਊਟ ਆਫ ਪੋਕਟ ਐਕਸਪੈਂਸਿਸ ਕਰਕੇ ਗਰੀਬੀ ਰੇਖਾ ਤੋਂ ਨੀਚੇ ਚਲੇ ਜਾਂਦੇ ਆ, ਉਹ ਸਾਰਾ ਅਵਾਇਡ ਹੋ ਜਾਏਗਾ। ਇਹਨੂੰ ਅਸੀਂ ਡਿਜ਼ੀਜ਼ ਨੂੰ ਅਰਲੀ ਜਦੋਂ ਕਿਉਰੇਬਲ ਹੈ, ਜਦੋਂ ਠੀਕ ਹੋ ਸਕਦੀ ਆ, ਉਸ ਵੇਲੇ ਫੜਾਂਗੇ ਉਹਨੂੰ, ਉਹਦੀ ਜੜ੍ਹ ਫੜਾਂਗੇ ਔਰ ਉਹਦਾ ਇਲਾਜ ਕਰਕੇ ਪੇਸ਼ੈਂਟ ਨੂੰ ਘਰੇ ਭੇਜਾਂਗੇ, ਉਹ ਆਪਣਾ ਇੱਕ ਪ੍ਰੋਡਕਟਿਵ ਲਾਈਫ ਜਿਹੜੀ ਹੈਗੀ ਆ, ਗੁੱਡ ਕੁਆਲਿਟੀ ਆਫ ਲਾਈਫ ਜਿਹੜੀ ਹੈਗੀ ਆ, ਉਹ ਲੀਡ ਕਰਨਗੇ। ਆਖਰੀ ਸਵਾਲ ਹੈ, ਦਿੱਲੀ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਪੰਜਾਬ ਦੇ ਵਿੱਚ, ਉਦੋਂ ਕਿਹੜੀ ਵੱਡੀ ਅਨਾਊਂਸਮੈਂਟ? ਉਹਦੇ 'ਚ ਇੱਕ ਤਾਂ ਜਿਹੜੇ ਸਾਡੇ ਹੈਗੇ ਆ, ਬਾਕੀ ਤਾਂ ਉਹ ਦੱਸਣਗੇ ਜੀ ਕਿਹੜੀਆਂ ਕਿਹੜੀਆਂ ਕਰਨੀਆਂ। ਇੱਕ ਜਿਹੜਾ ਹੈਗਾ ਆਮ ਆਦਮੀ ਕਲੀਨਿਕ, ਸਾਡੇ 165 ਤਿਆਰ ਹੈ, ਉਹ ਬੰਗਾ ਦੇ ਵਿੱਚ ਸਾਡੇ ਦੋਨੋਂ ਮਾਨਯੋਗ ਮੁੱਖ ਮੰਤਰੀ ਸਾਹਿਬ, ਜੋ ਬਹੁਤ ਵੱਡਾ ਫੈਸਲਾ, 165 ਹੋਰ 664 ਪਹਿਲਾਂ ਹੈਗੇ ਆ, ਸੋ 800 ਤੋਂ ਜ਼ਿਆਦਾ ਸਾਡੇ ਆਮ ਆਦਮੀ ਕਲੀਨਿਕ ਹੋ ਜਾਣਗੇ। ਉਹ ਇੱਕ ਬਹੁਤ ਵੱਡੀ ਸੁਗਾਤ ਪੰਜਾਬ ਦੇ ਲੋਕਾਂ ਨੂੰ ਉਸ ਦਿਨ ਦੇਣ ਜਾ ਰਹੇ ਸੀ। ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਹਾਂ ਮੋਹਾਲੀ ਦੇ ਵਿੱਚ 3B1 ਦੇ ਵਿੱਚ ਇਹ ਇੰਸਟੀਟਿਊਟ ਜਿਹੜਾ ਹੈਗਾ ਇਹ ਤਿਆਰ ਕੀਤਾ ਗਿਆ ਹੈਗਾ। ਤੁਸੀਂ ਦੇਖ ਸਕਦੇ ਹੋ ਹਾਈਲੀ ਇਕੁਇਪਮੈਂਟ ਜਿਹੜੇ ਮਸ਼ੀਨਾਂ ਹਨ ਇਹ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈਗਾ, ਲੇਕਿਨ ਸਰਕਾਰੀ ਇਸ ਇੰਸਟੀਟਿਊਟ ਦੇ ਵਿੱਚ ਇਹ ਮਹਿੰਗੀਆਂ ਮਸ਼ੀਨਾਂ ਜਿਹੜੀਆਂ ਵਿਦੇਸ਼ੀ ਮੁਲਕਾਂ ਤੋਂ ਲਿਆਂਦੀਆਂ ਗਈਆਂ ਨੇ, PGI ਦੇ ਵਿੱਚ ਵੀ ਇਸੇ ਤਰੀਕੇ ਦੀਆਂ ਮਸ਼ੀਨਾਂ ਦਾ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾਂਦਾ। ਤਾਂ ਫਿਲਹਾਲ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਇਸ ਇੰਸਟੀਟਿਊਟ ਦੇ ਵਿੱਚ ਹੁਣ ਆਉਣ ਵਾਲੇ ਲੀਵਰ ਦੀ ਸਮੱਸਿਆ ਵਾਲੇ ਹਰ ਇੱਕ ਪੇਸ਼ੈਂਟ ਦਾ ਇਲਾਜ ਕੀਤਾ ਜਾਵੇਗਾ, ਲੀਵਰ ਟਰਾਂਸਪਲਾਂਟ ਤੱਕ ਦੀ ਜਿਹੜੀ ਸਹੂਲਤ ਹੈਗੀ ਆ ਉਹ ਇੱਥੇ ਹੈਗੀ ਆ। ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਤਸਵੀਰ ICU ਦੀ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੱਖਾਂ ਰੁਪਏ ਖਰਚ ਕੇ ਸਹੂਲਤ ਜਿਹੜੀ ਦਿੱਤੀ ਜਾਂਦੀ ਆ ਉਹ ਹੁਣ ਸਹੂਲਤ ਇਸ ਇੰਸਟੀਟਿਊਟ ਦੇ ਵਿੱਚ ਦਿੱਤੀ ਜਾਵੇਗੀ। ਮੋਹਾਲੀ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ, ਜਗਬਾਣੀ ਲਈ ਵਰੁਣ ਭੱਟ।